ਗੁਰੂ ਰੂਪਿਆਰੀ ਸਾਧ ਸੰਗਤ ਜੀ ਫਤਿਹ ਦੀ ਪ੍ਰਵਾਨਗੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮੌਜੂਦ ਹਾਂ ਜੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਜਿੱਥੇ 100 ਸਾਲਾ ਸਾਕਾ ਨਨਕਾਣਾ ਸਾਹਿਬ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਤੋਂ ਬੇਅੰਤ ਸੰਗਤਾਂ ਅੱਜ ਹਾਜ਼ਰੀਆਂ ਭਰ ਰਹੀਆਂ ਨੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰ ਰਹੇ ਨੇ ਇਸੇ ਸੰਬੰਧ ਵਿੱਚ ਪਾਕਿਸਤਾਨ ਕਸ਼ਮੀਰ ਤੋਂ ਸੰਗਤਾਂ ਹਾਜ਼ਰ ਹੋਈਆਂ ਨੇ ਅਸੀਂ ਅਜ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਤੇ ਉਹਨਾਂ ਨੂੰ ਪੁੱਛਦੇ ਆਂ ਕਿ ਉਹਨਾਂ ਨੂੰ ਇੱਥੇ ਆ ਕੇ ਸਾਕਾ ਸਾਕੇ ਤੇ ਆ ਕੇ ਕਿਹਦਾ ਲੱਗ ਰਿਹਾ ਜੀ ਭਾਈ ਸਾਹਿਬ ਭਾਈ ਮਹੇਸ਼ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਆਂ ਇੱਥੇ ਸੌ ਸਾਲਾ ਭਾਈ ਲਛਮਣ ਸਿੰਘ ਭਾਈ ਦਲੀਪ ਸਿੰਘ ਦੇ ਜਿਹੜੇ ਸਾਕਾ ਇਹ ਸ਼ਹੀਦੀ ਦਾ ਉਹਨਾਂ ਨੂੰ ਮਨਾਉਣ ਵਾਸਤੇ ਅਸੀਂ ਸਿੰਧ ਤੋਂ ਆਏ ਤੇ ਸਾਨੂੰ ਅੱਜ ਇੱਥੇ ਬੜੀ ਖੁਸ਼ੀ ਮਹਿਸੂਸ ਹੋਈਏ ਕਿ ਇੱਥੇ ਬਹੁਤ ਵੱਡਾ ਇਕੱਠ ਸੀ ਸੰਗਤ ਦਾ ਤੇ ਬੜੇ ਹੁਮ ਹੁਮਾ ਕੇ ਸੰਗਤਾਂ ਨੇ ਸ਼ਹੀਦੀ ਸਾਕਿਆਂ ਨੂੰ ਮਨਾਇਆ ਹੈ ਤੇ ਇਸ ਦੇ ਨਾਲ ਨਾਲ ਸਾਨੂੰ ਇੱਕ ਦੁੱਖ ਵੀ ਹੋਇਆ ਹੈ ਕਿ ਸਾਡੇ ہمسਾਇ ਦੇ ਮੁਲਕ ਹਿੰਦੂਸਤਾਨ ਤੋਂ ਯਾਤਰੀ ਆਣੇ ਸੀ ਜਿਹੜੇ ਉਹਨਾਂ ਨੂੰ ਉੱਥੋਂ ਦੀ ਸਰਕਾਰ ਨੇ ਰੋਕਿਆ ਤੇ ਉਸ ਦੇ ਵਿੱਚ ਪ੍ਰਚਾਰਕ ਕਥਾਵਾਚਕ ਕੀਰਤਨੀ ਉਹ ਵੀ ਉਹਨਾਂ ਜਥੇ ਵਿੱਚ ਆ ਰਹੇ ਸੀ ਉਹ ਵੀ ਨਹੀਂ ਆ ਸਕੇ ਇਸ ਗੱਲ ਦਾ ਤਾਂ ਬਹੁਤ ਦੁੱਖ ਹੋਇਆ ਹੈ ਤੇ ਸਾਰੀ ਸੰਗਤ ਨੇ ਵੀ ਮਹਿਸੂਸ ਕੀਤਾ ਹੈ। ਬਾਕੀ ਸ਼ਹੀਦੀ ਦੇ ਸਾਕੇ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਉਹਨਾਂ ਨਾਲ ਜੁੜੀਆਂ ਨੇ ਤੇ ਜਿਹੜੀ ਵੀ ਸਿੰਧ ਤੋਂ ਸੰਗਤ ਆਈ ਸੀ ਉਹ ਸਾਰੇ ਇੱਥੇ ਸ਼ਹੀਦੀ ਮਨਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸੰਗਤ ਰੂਪ ਵਿੱਚ ਸ੍ਰੀ ਨਨਕਾਣਾ ਸਾਹਿਬ 'ਚ ਆਇਆ ਸ਼ਹੀਦੀ ਸਾਕਾ 100 ਸਾਲਾ ਮਨਾਉਣ ਵਾਸਤੇ ਇੱਥੇ ਬਹੁਤ ਖੁਸ਼ੀ ਹੋਈ ਏ ਤੇ ਉਹਦੇ ਨਾਲ ਨਾਲ ਇੱਕ ਦੁੱਖ ਵੀ ਹੋਇਆ ਏ ਜਿਹੜਾ ਇੰਡੀਆ ਤੋਂ ਸੰਗਤ ਨਹੀਂ ਆਈ ਏ ਉਹਨਾਂ ਨੂੰ ਰੋਕਿਆ ਗਿਆ ਏ ਇਹ ਬਹੁਤ ਦੁੱਖ ਦੀ ਗੱਲ ਏ ਇਹ ਬਹੁਤ ਦੁੱਖ ਹੋਇਆ ਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖੋਂ ਵਾਸਤੇ ਇੱਕ ਵੱਡਾ ਦਿਨ ਏ ਅੱਜ ਦੇ ਦਿਨ ਨਨਕਾਣਾ ਸਾਹਿਬ ਜਿਹੜੇ ਮਹੰਤਾਂ ਦਾ ਕਬਜ਼ਾ ਸੀ 260 ਸਿੱਖਾਂ ਨੇ ਆਪਣੀ ਸ਼ਹਾਦਤ ਦੇ ਕੇ ਆਜ਼ਾਦ ਕਰਵਾਇਆ ਅਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਵਿੱਚ ਅੱਜ ਪਾਕਿਸਤਾਨ ਗਵਰਨਮੈਂਟ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਸਾਉ ਸਾਲਾ ਸਾਕੇ ਮਨਾਇਆ ਜਾ ਰਿਹਾ ਹੈ ਜਿਸ ਦੇ ਚ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਹੜੀ ਕੌਮ ਸੇ ਸ਼ਹੀਦਾਂ ਨੂੰ ਯਾਦ ਕਰਦੀ ਏ ਉਹ ਕੌਮ ਕਦੇ ਖਤਮ ਨਹੀਂ ਹੋ ਸਕਦੀ ਅੱਜ ਸਾਡਾ ਇੱਕ ਨਵਾਂ ਜਨਮ ਹੋਇਆ ਏ ਅਸਾਨੂੰ ਇਹ ਸਾਕੇ ਆਪਣੇ ਬੱਚਿਆਂ ਨੂੰ ਵੀ ਸੁਣਾਣੇ ਚਾਹੁੰਦੇ ਨੇ ਤੇ ਖੁਦ ਨੂੰ ਯਾਦ ਕਰ ਰਹੇ ਜਾਂਦੇ ਨੇ ਅਸਾਡਾ ਜਨਮ ਸ਼ਹੀਦਾਂ ਦੇ ਖੂਨ ਤੇ ਹੋਇਆ ਏ ਇਸ ਲਈ ਅਸੀਂ ਹਰ ਦਮ ਆਕੇ ਅਰਦਾਸ ਕਰਾਂਗੇ ਵਾਹਿਗੁਰੂ ਸਾਨੂੰ ਇਸ ਸਾਕੇ ਨਾਲ ਜੋੜ ਕੇ ਰੱਖੇ ਤੇ ਅਸੀਂ ਵੀ ਗੁਰਦੁਆਰਾ ਗੁਰਦਾਮਾਂ ਦੀ ਸ਼ਿਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ